ਅੰਟੂ ਜੀ ਉਧਰ ਦੂਸਰੀ ਐਪਾ ਗੱਲ ਕਰ ਰਹੀ ਸੀ ਕਿ 35 ਸਾਲਾਂ ਬਾਅਦ ਜਿਹੜਾ ਮਾਂ ਪੁੱਤ ਮਿਲੇ ਹੈਗੇ ਉਹ ਮੈਂ ਜਦੋਂ ਥੋੜੀ ਜੀ ਰੀਲ ਜੀ ਦੇਖੀ ਨਾ ਮੈਨੂੰ ਮੈਂ ਸਮਝ ਗਿਆ ਪਹਿਲਾਂ ਮੈਂ ਜਰਾਂ ਨਹੀਂ ਦੇਖੀ ਪੂਰੀ ਮੈਨੂੰ ਲੱਗਿਆ ਕਿਤੇ ਕਿ ਬਾਹਰੋਂ ਆਇਆ ਮੁੰਡਾ ਪੀਐਸ ਕਰਕੇ ਆ ਉਹ ਤਾਂ ਤੁਸੀਂ ਦੱਸ ਰਹੇ ਹੋ ਕਿ ਬਈ ਉਹ ਵਿਛੜੇ ਸੀ ਕਿੰਦਰਾ ਮਤਲਬ ਮੇਲ ਹੋਇਆਗਾ ਮਾਂ ਪੁੱਤ ਦਾ ਉਹ ਕੀ ਕਹਾਣੀ ਆ ਨਹੀਂ ਉਹ ਇਦਾਂ ਆ ਕਿ ਦੇਖੋ ਇਸ ਕਹਾਣੀ ਦੇ ਵਿੱਚ ਇੱਕ ਕਹਾਣੀ ਹੋਰ ਹੈ ਚਲੋ ਉਹਦੇ ਤੇ ਬਾਅਦ ਚ ਆਉਨੇ ਆ ਇਹ ਮੁੰਡਾ ਸੇਵਾ ਕਰ ਰਿਹਾ ਸੀਗਾ ਜੀ ਜਿਹੜੇ ਹੜ ਪ੍ਰਭਾਵਿਤ ਇਲਾਕੇ ਸੰ ਪਟਿਆਲੇ ਜ਼ਿਲ੍ਹੇ ਚ ਸ਼ਾਇਦ ਖਾਲਸਾ ਏਡ ਵਾਲਿਆਂ ਨਾਲ ਜਦੋਂ ਉਥੇ ਇੱਕ ਇਲਾਕੇ ਚ ਸੇਵਾ ਕਰ ਰਿਆ ਸੀ ਅੱਜ ਕੱਲ ਤੁਹਾਨੂੰ ਪਤਾ ਬੱਚੇ ਮੁੰਡੇ ਕੁੜੀਆਂ ਲਾਈਵ ਹੋ ਜਾਂਦੇ ਆ ਜਾਂ ਵੀਡੀਓ ਵਗੈਰਾ ਪਾਉਂਦੇ ਆ ਜਾਂ ਕੀ ਇਹਨਾਂ ਨੂੰ ਬੋਲਦੇ ਜੇ ਤੁਸੀਂ ਆ ਰੀਲ ਸਟੋਰੀ ਸਟਰੀ ਇਹ ਵੀ ਚੱਲਦੀ ਆ ਨਾ ਸਾਰਾ ਕੁਝ ਤਾਂ ਭਾਈ ਉਹ ਜਦੋਂ ਕਰ ਰਹੇ ਸੀਗੇ ਤਾਂ ਮੁੰਡੇ ਦੀ ਭੂਆ ਦਾ ਫੋਨ ਆ ਗਿਆ ਕਿ ਭਾਈ ਇੱਥੇ ਤੇਰੇ ਨਾਨਕੇ ਆ ਲੱਗੇ ਉਹ ਤੇ ਹੈਰਾਨ ਰਹਿ ਗਿਆ ਕਿਉਂਕਿ ਉਹਨੇ ਇਹ ਸ਼ਬਦ ਦੀ ਪਹਿਲੀ ਵਾਰੀ ਸੁਣਿਆ ਸੀ ਨਾਨਕਾ ਇਹ ਕਮਾਲ ਦੀ ਗੱਲ ਹੈ ਜੀ ਕਿ ਉਹ 30 35 ਸਾਲ ਦਾ ਹੋ ਗਿਆ ਉਹਨੇ ਉਹ ਸ਼ਬਦ ਪਹਿਲੀ ਵਾਰੀ ਸੁਣਿਆ ਸੀ ਕਿ ਮੇਰਾ ਨਾਨਕਾ ਪਿੰਡ ਇੱਥੇ ਹੈ ਜੀ ਕਿਉਂ ਕਿ ਕਿਉਂਕਿ ਅਸਲ ਦੇ ਵਿੱਚ ਇਸ ਕਹਾਣੀ ਪਿੱਛੇ ਕਹਾਣੀ ਇਹ ਸੀ ਕਿ ਉਸ ਮੁੰਡੇ ਦਾ ਜਿਹੜਾ ਬਾਪ ਸੀ ਇੱਕ ਰੋਡ ਐਕਸੀਡੈਂਟ ਚ ਮਰ ਗਿਆ ਜੀ ਉਸ ਵੇਲੇ ਫਿਰ ਸਮਝੌਤਾ ਇਹ ਹੋਇਆ ਕਿ ਭਾਈ ਜਿਹੜਾ ਇਹ ਬੱਚਾ ਹੈ ਦਾਦਾ-ਦਾਦੀ ਕੋਲ ਜਾਏਗਾ ਜੀ ਦਾਦਾ-ਦਾਦੀ ਨੇ ਪਾਲਿਆ ਉਹ ਪਹਿਲਾਂ ਸ਼ਾਇਦ ਹਰਿਆਣਾ ਪੁਲਿਸ 'ਚ ਜੌਬ ਕਰਦੇ ਸੀ ਫਿਰ ਉੱਥੋਂ ਰਿਟਾਇਰਮੈਂਟ ਲਈ ਉਹਨਾਂ ਨੇ ਤੇ ਖਾਦੀਆਂ ਆ ਗਏ ਇਹ ਬੱਚੇ ਨੂੰ ਇਹ ਹੀ ਸੀ ਕਿ ਸ਼ਾਇਦ ਮੇਰਾ ਮਾਂ-ਬਾਪੇ ਹੋਰ ਕਿਉਂਕਿ ਕਹਾ ਗਿਆ ਇਹ ਸਮਝਾਇਆ ਗਿਆ ਇਹ ਕਿ ਭਾਈ ਸੜਕ ਹਾਦਸੇ ਦੇ ਦੌਰਾਨ ਦੋਵੇਂ ਚਲ ਬਸੇ ਸਾਂ ਤੇਰੀ ਮਾਂ ਵੀ ਮਰ ਗਈ ਆ ਤਾਂ ਕਿ ਬੱਚਾ ਮੋਹ ਨਾ ਕਰੇ ਮੋਹ ਨਾ ਕਰੀ ਜਾ ਕਹ ਲੋ ਕਿ ਭਈ ਗੱਲ ਦਿਲਤੀ ਨਾਲ ਚਲੋ ਜੋ ਵੀ ਹੈ ਪਰਿਵਾਰ ਨੇ ਆਪਣੇ ਤਰੀਕੇ ਨਾਲ ਸਮਝਾਤਾ ਉਸ ਵੇਲੇ ਪਰ ਅਚਾਨਕ ਜਿਹੜੀ ਉਹ ਮੁੰਡੇ ਦੀ ਭੂਆ ਸੀ ਉਹਦੇ ਮੂੰਹੋਂ ਨਿਕਲ ਗਿਆ ਕਿਤੇ ਜੀ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਕਈ ਵਾਰ ਕੁਦਰਤ ਕਰਾਉਂਦੀ ਹੈ ਹਾਂ ਸੁਭਾਅ ਕਰਾਮਾਤਾਂ ਹੁੰਦੀਆਂ ਨੇ ਜ਼ਿੰਦਗੀ 'ਚ ਜੋੜ ਆਪਾਂ ਇਹ ਕਹਦੀ ਕਰਾਮਾਤ ਨਹੀਂ ਹੁੰਦੀ ਚਮਤਕਾਰ ਨਹੀਂ ਹੁੰਦੇ ਹੁੰਦੇ ਆ ਆ ਚਮਤਕਾਰ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਇਤਫਾਕ ਬਹੁਤ ਹੁੰਦੇ ਆ ਜੀ ਤਾਂ ਫਿਰ ਗਜ਼ਬ ਦੀ ਗੱਲ ਇਹ ਹੋਈ ਜਦ ਉਹਨੇ ਜिद ਕੀਤੀ ਆਪਦੀ ਭੂਆ ਨੂੰ ਕਿ ਹੁਣ ਦੱਸ ਉਹ ਫਿਰ ਭੱਜੇ ਨਹੀਂ 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 ਉਹਨੂੰ ਲੱਗਿਆ ਕਿ ਮੈਂ ਕਮ ਟੇਡਾ ਹੋ ਗਲਤ ਕਹਿ ਬੈਠੀ ਆ ਇਹ ਮੁੰਡਾ ਤੇ ਜ਼ਿੱਦ ਪੈ ਗਿਆ ਤਾਂ ਫਿਰ ਉਸਨੇ ਦੱਸਿਆ ਤਾਂ ਫਿਰ ਉਸ ਤੋਂ ਬਾਅਦ ਵਾਲੀ ਜਿਹੜੀ ਰੀਲ ਹੈ ਜਾਂ ਕਹਿ ਲੋ ਰੀਅਲ ਕਹਾਣੀ ਉਹ ਤੁਹਾਡੇ ਸਾਹਮਣੇ ਆ ਜੀ ਕਿ ਕਿਸ ਤਰ੍ਹਾਂ ਫਿਰ ਉਹ ਵਿਰਲਾਪ ਕਰਦੇ ਆ ਆਪਸ ਵਿੱਚ ਮਿਲ ਕੇ ਕਿਸ ਤਰ੍ਹਾਂ ਦੀ ਉਹ ਇੱਕ ਸੰਵੇਦਨਸ਼ੀਲ ਘੜੀ ਆ ਕਿਤਰਾ ਦੋ ਵਿਛੜੀਆਂ ਰੂਹਾਂ ਬਈ ਗੱਲ ਲੱਗ ਕੇ ਤਾਹਾਂ ਮਾਰਦੀਆਂ ਉਹ ਸਾਰਾ ਕੁਝ ਆਪਾਂ ਵੇਖਿਆ ਵੀਡੀਓ ਚ ਜੀ ਤੇ ਬਹੁਤ ਹੀ ਇੱਕ ਦੁਖਦ ਪਹਿਲੂ ਹੈ ਕਿ ਵੇਖੋ ਕਈ ਵਾਰ ਇਸ ਤਰ੍ਹਾਂ ਪਰਿਵਾਰ ਵੰਡੇ ਜਾਂਦੇ ਆ ਜਿਉਂਦੇ ਜੀ ਮਾਂ ਜਿਹੜੀ ਹੈ ਉਹ ਆਪਣੇ ਪੁੱਤ ਨੂੰ ਨਹੀਂ ਮਿਲ ਸਕਦੀ ਤੇ ਮੈਨੂੰ ਤਾਂ ਇਹ ਲੱਗਦਾ ਕਿ ਠੀਕ ਹੈ ਪਿੱਛੇ ਜੋ ਹੋਇਆ 30 35 ਸਾਲ ਪਹਿਲਾਂ ਜੋ ਵੀ ਹੋਇਆ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੋਈ ਵੀ ਬੱਚਾ ਜੀ ਇਸ ਤਰ੍ਹਾਂ ਕਿਤੇ ਕਿਸੇ ਕੁਦਰਤੀ ਤਰਾਸਤੀ ਦਾ ਸ਼ਿਕਾਰ ਹੋ ਜਾਂਦਾ ਆ ਤਾਂ ਮੈਨੂੰ ਇਹ ਲੱਗਦਾ ਕਿ ਬੱਚਾ ਮਾਂ ਕੋਲ ਰਹਿਣਾ ਚਾਹੀਦਾ ਹੈ ਚਲੋ ਜੇ ਹਾਲਾਤ ਨਹੀਂ ਤਾਂ ਕਟੋ-ਕਟ ਮਿਲਦੇ-ਗਿਲਦੇ ਤਾਂ ਰਹਿਣੇ ਚਾਹੀਦੇ ਆ ਉਹ 35 ਸਾਲ ਜਿਹੜੀ ਪੀੜ ਦੱਬੀ ਸੀਗੀ ਕਲੇਜੇ 'ਚ ਜੋ ਇੱਕ वेदना ਸੀਗੀ ਉਹ ਫਿਰ ਜਦੋਂ ਰੂਹ ਚੋਂ ਫੁੱਟੀ ਤੇ ਹਸਾਬ ਲਾ ਲੋ ਕਿ ਵੇਖਣ ਵਾਲਿਆਂ ਦੀਆਂ ਵੀ ਅੱਖਾਂ ਨਾਮ ਹੋ ਗਈਆਂ ਸਿੱਲੀਆਂ ਹੋ ਗਈਆਂ ਜੀ ਇਹ ਹੁੰਦਾ ਮੋਹ ਇਹ ਹੁੰਦੇ ਆ ਕੁਦਰਤ ਦੇ ਬਈ ਵਰਤਾਰੇ ਤੇ ਚਮਤਕਾਰ ਆਪਾਂ ਕਹਿ ਲਈਏ ਜੀ ਕਿ ਕਿੱਥੋਂ ਚੱਲਦੀ ਕਹਾਣੀ ਕਿੱਥੇ ਪਹੁੰਚ ਜਾਂਦੀ ਆ ਤੇ ਬਈ ਮੇਰੇ ਵੱਲੋਂ ਇਹਨਾਂ ਦੋਨਾਂ ਨੂੰ ਮਾਪ ਪੁੱਤਾਂ ਨੂੰ ਅਗਲੀ ਜ਼ਿੰਦਗੀ ਵਾਸਤੇ ਬਈ ਗੁੱਡ ਵਿਸ਼ੇਸ ਨੇ ਜੀ ਦੋਵੇਂ ਮਾਪ ਪੁੱਤ ਰਾਜ ਕੇ ਗੱਲਾਂ ਕਰਨ ਦੱਬ ਕੇ ਜ਼ਿੰਦਗੀ ਜਿਉਣ ਤੇ ਇੱਕ ਦੂਜੇ ਦਾ طيب اسੇ طرح مو ਕਰਦੇ ਰਹੇ جی جی ਬਿਲਕੁਲ ਬਿਲਕੁਲ ਪਬਲਿਕ ਰੇ ਕਿ ਵਾਇਗਰੂ ਨੇ ਮਿਲ ਕਰਾਈ ਨਹੀਂ ਜੀ ਤੇ ਇਹਦੇ ਨਾਲ ਕਹਿੰਦੇ ਕਿ ਦਾਦਾ ਦਾਦੀ ਨੇ ਕਦੇ ਦੱਸੇ ਹੀ ਨਹੀਂ ਬੱਚੇ ਨੂੰ ਕੀ ਮਾ ਜਿੰਦਾ ਜੀ ਤੇ ਇਸ ਦੇ ਨਾਲ ਹੀ ਮੈਂ ਹੋਰ ਅੱਗੇ ਕਮੈਂਟ ਜਿਹੜਾ ਉਹ ਲੈ ਲੈਣਾ ਜੀ ਕਹਿੰਦੇ ਕਿ ਜਿੱਦਾਂ ਪਾ ਕਹਿੰਦੇ ਕਿ ਐਮਪੀ ਇਕੱਠੇ ਹੋਏ ਨੇ ਜਿਵੇਂ ਜੀਵ ਜੀ ਕਹਿੰਦੇ ਕਿ ਜਿੱਦਾਂ ਸਾਰੇ ਇਕੱਠੇ ਹੋ ਜਾਣ ਤਾਂ 2024 ਦੇ ਵਿੱਚ ਮੋਦੀ ਨਾਲ ਉਹ ਅੱਗੇ ਵਧਿਆ ਜਾਣਾ ਜੀ ਤੇ ਹੈਰੀ ਜੀ ਕਹਿ ਰਿਹਾ ਕਹਿੰਦੇ ਕਿ ਹਰਭਜਨ ਸਿੰਘ ਤਾਂ ਕੈਨੇਡਾ ਗਿਆ ਹੋਇਆ ਜੀ ਲੀਗ ਖੇਡਣਾ ਉਹ ਰਹਿ ਗਿਆ ਜੀ ਕਹਿੰਨੇ ਕਿ ਹਾਂ ਭਾਈ ਹਰਪਜਨ ਸਿੰਘ ਰਹਿ ਗਿਆ ਉਹ ਵਿੱਚ ਆਇਆ ਚਾਰ ਕੁ ਦਿਨ ਘੱਟੇ-ਕੁੱਟੇ ਸੁੱਟ ਗਿਆ ਸੀਗਾ ਬਸ ਇੱਕ ਅਦੀ ਵੀਡੀਓ ਪਾ ਗਿਆ ਸਿਚੇਵਾਲ ਜੀ ਨਾਲ ਫੋਟੋ ਫੁਟਵਾਈਆਂ ਕਰਾ ਕੇ ਤੇ ਦੋ ਚਾਰ ਕਰਾਰੀਆਂ ਕਰਾਰੀਆਂ ਗੱਲਾਂ ਸੁਣਾ ਗਿਆ ਵੀ ਐਵੇਂ ਨਾ ਕਰਿਆ ਕਰੋ ਫਲਾਂ ਟਮਕਾਂ ਆ ਮੇਰੀਆਂ ਛੁੱਟੀਆਂ ਤੇ ਵੀ ਉਹ ਸ਼ੀ ਰਾਜਨੀਤੀ ਆ ਕਿਹੜੀਆਂ ਛੁੱਟੀਆਂ ਭਈ ਜੇ ਲੀਗ ਖੇਡਣੀ ਆ ਤੁਸੀਂ ਜਾਂ ਕਮੈਂਟਰੀ ਕਰਨੀ ਆ ਕਿਹੜੀਆਂ ਛੁੱਟੀਆਂ ਹੁੰਦੀਆਂ ਤੇ ਚੱਲਦਾ ਹੀ ਰਹਿਣਾ ਤੁਹਾਡਾ ਕੰਮ ਨਹੀਂ ਉੱਥੇ ਫਰੀ ਸੇਵਾ ਕਰਨ ਦਾ ਤੁਸੀਂ ਵੇਖੋ ਜੀ ਹਸੂਰ ਵੇਖੋ ਕਿ ਬਈ ਤੁਸੀਂ ਕਮੈਂਟੇਟਰ ਹੋ ਔਰ ਬੜੇ ਸ਼ਾਨਦਾਰ ਕਮੈਂਟੇਟਰ ਹੋ ਤੇ ਤੁਹਾਡੀ ਪ੍ਰੋਫੈਸ਼ਨਲ ਲਾਈਫ ਆ ਹਾਲੇ ਵੀ ਕ੍ਰਿਕਟ ਖੇਡਦੇ ਹੋ ਕੁਝ ਲੀਗ ਜਾਂ ਵੈਟਰਨ ਉਹ ਉਹ ਕ੍ਰਿਕਟ ਖੇਡਦੇ ਨੇ ਇਹ ਜੀ ਤੇ ਇਹ ਤੁਹਾਨੂੰ ਪਹਿਲਾਂ ਦੇਖਣਾ ਚਾਹੀਦਾ ਉਸ ਕੰਮ ਨੂੰ ਹੱਥ ਪਾਓ ਜਿਸ ਕੰਮ ਨੂੰ ਤੁਸੀਂ ਨੇਪਰੇ ਚਾੜ ਸਕਦੇ ਹੋ ਨਹੀਂ ਤਾਂ ਉਹ ਜ਼ਿੰਮੇਵਾਰੀ ਨਾ ਉਟੋ ਜੀ ਸਿਆਣੇ ਬੰਦੇ ਜਦੋਂ ਕਿਤੇ ਉਹਨਾਂ ਨੂੰ ਕੋਈ ਪੰਚੀ ਸਰਪੰਚੀ ਵੀ ਕੋਈ ਆਫਰ ਹੋਏਗੀ ਨਾ ਅਗਲੇ ਹੱਥ ਜੋੜ ਦਿੰਦਾ ਕਿ ਨਹੀਂ ਮੈਂ ਇਸ ਕਾਬਲ ਨਹੀਂ ਜਾਂ ਮੇਰੇ ਕੋਲੇ ਇਨਾ ਸਮਾਂ ਹੀ ਨਹੀਂ ਹੈਗਾ ਬਾਈ ਜੀ ਇਹ ਸਾਫ ਹੈ ਸਪਸ਼ਟ ਹੈ ਤੇ ਜਿਹੜਾ ਉਹ ਜਿਆ ਬੰਦਾ ਹੁੰਦਾ ਉਹ ਉਹ ਤੇ ਬਸ ਕਹਿੰਦਾ ਕਿ ਉਹ ਤੇ ਹਾਰ ਫੜ ਕੇ ਖੂਕ ਕੇ ਆਪਣੇ ਗੱਲ ਚ ਪਾਉਣ ਤੱਕ ਜਾਂਦਾ ਕਿ ਪਾ ਦਿਓ ਇੱਕ ਵਾਰੀ ਜੀ ਮੈਂ ਦੱਬੀ ਫਿਰੂੰਗਾ ਕੋੜਾ ਜਿੱਧਰ ਨੂੰ ਫਿਰ ਭਜਾਈ ਚੱਲ ਕੋੜਾ ਕਿਤੇ ਤੇ ਪਿੰਡ ਆਊਗਾ ਜੀ ਬਿਲਕੁਲ ਬਿਲਕੁਲ ਜੀ ਤੇ ਇਹਦੇ ਨਾਲ ਹੀ ਮਿੰਟੂ ਜੀ ਆਪਾਂ ਖਬਰਾਂ ਦੇ ਸ਼ੁਰੂਆਤ ਜਿਹੜਾ ਥੋੜਾ ਹੋਰ ਅੱਗੇ ਨੂੰ ਚੱਲ ਗਏ ਤੇ ਮੈਂ ਤੁਹਾਨੂੰ ਅਸੀਂ ਕਿਹਾ ਬਈ ਇੱਕ ਗੈਂਗਸਟਰ ਜਿਹੜਾ ਵਿਕਰਮ ਬਰਾੜ ਫੜਿਆ ਗਿਆ ਉਹਦੇ ਬਾਰੇ ਥੋੜਾ ਜਿਹਾ ਜਾਣ ਲਈ ਕਿ ਬਈ ਉਹ ਕੌਣ ਆਗਾ ਜਿਹੜਾ ਕਹਿੰਦੇ ਕਿ ਗੋਲਡੀ ਬਰਾੜ ਦਾ ਮੇਰੇ ਖਿਆਲ ਨਾਲ ਨਕਰੀਬੀ ਹੈ ਸ਼ਾਇਦ ਬਾਰੂਫੜਾ ਕਿ ਤੋਂ ਤੇ ਗੋਲਡੀ ਬਰਾੜ ਦਾ ਵੀ ਕਰੀਬੀ ਹੈ ਲਾਰੈਂਸ ਦਾ ਵੀ ਕਰੀਬੀ ਹੈ ਲਾਰੈਂਸ ਦਾ ਵੀ ਕਰੀਬੀ ਹੈ ਹਾਂਜੀ ਕਿਉਂਕਿ ਜਿਹੜਾ ਵਿਕਰਮ ਬਰਾੜ ਆ ਨਾ ਉਹ ਹੈਗਾ ਪੀਲੀਆਂ ਵੰਗਾ ਪੀਲੀਆਂ ਵੰਗਾ ਤੁਸੀਂ ਤੇ ਵੇਖਿਆ ਹੋਣਾ ਬਹੁਤ ਸਾਰਿਆਂ ਨੂੰ ਸ਼ਾਇਦ ਪੀਲੀਆਂ ਵੰਗਾ ਦਾ ਨਹੀਂ ਪਤਾ ਹੋਵੇਗਾ ਜਿਹੜੇ ਰਾਜਸਥਾਨ ਜਾਂਦੇ ਉਹਨਾਂ ਨੂੰ ਪਤਾ ਹੈ ਹਾਂਜੀ ਹਾਂਜੀ ਬਿਲਕੁਲ ਜਿਆ ਖਾਸ ਕਰਕੇ ਜਿਹੜੇ ਰਾਜਸਥਾਨ ਦੇ ਬੋਟਲ ਹਾਂ ਮਾਨਗੜਾ ਪਟਪਾਂਗੇ ਤਾਂ ਪੀਲੀਆਂ ਵੰਗਾ ਉੱਥੇ ਆਪਣੇ ਪੰਜਾਬੀ ਹੈਗੇ ਨੇ ਜੀ ਬਰਾਡ ਤੇ ਖਾਸ ਤੌਰ ਤੇ ਗੰਗਾ ਨਗਰ ਹਨੂਮਾਨਗੜ ਬੈਲਟ ਚ ਤੁਹਾਨੂੰ ਬਹੁਤ ਮਿਲ ਜਾਣਗੇ ਹਾਂਜੀ ਇਹਦਾ ਪਿੰਡ ਹੈ ਡਿੰਗ ਜੀ ਡਿੰਗ ਜਾਂ ਕਿ ਡਿੰਗਾ ਕੁਛ ਐਸਾ ਨਾਮ ਹੈ ਪਿੰਡ ਦਾ ਤੇ ਇਹਦੇ ਤੇ ਦੋਸ਼ ਕਈ ਨੇ ਜੀ ਇੱਕ ਤੇ ਇਹ ਆ ਕਿ ਇਹ ਸੀਸੀਆਰ ਚਲਾਉਂਦਾ ਸੀਗਾ ਕਮਿਊਨੀਕੇਸ਼ਨ ਕੰਟਰੋਲ ਰੂਮ ਮਤਲਬ ਕਿ ਕਾਲਾਂ ਇਕੱਠੀਆਂ ਕਰਨੀਆਂ ਲਾਈਨ ਤੇ ਲੈ ਕੇ ਜਾਂ ਜੋ ਵੀ ਹੈ ਤੁਸੀਂ ਸਮਝਦੇ ਹੋ ਕਮਿਊਨੀਕੇਟ ਕਰਵਾਉਣਾ ਫਿਰ ਬਾਈ ਜੀ ਕਿ ਆ ਕਰੋ ਜੀ ਉਹ ਕਰੋ ਪੈਸਾ ਦਿਓ ਜੀ ਆ ਕਰੋ ਨਹੀਂ ਤਾਂ ਇਦਾਂ ਕਰੋ ਉਦਾਂ ਕਰੋ ਮਤਲਬ ਕਿ ਜੋ ਉਗਰਾਹੀ ਫਿਰ ਇਹ ਵੀ ਸਮਝ ਰਿਹਾ ਆ ਕਿ ਹਵਾਲਾ ਰਾਹੀ ਰਕਮ ਇਹ ਸਾਰੇ ਦੋਸ਼ ਨੇ ਤੇ 11 ਮੁਕਦਮੇ ਸ਼ਾਇਦ ਇਹਦੇ ਤੇ ਹੈਗੇ ਨੇ ਇਸ ਟਾਈਮ ਜੀ ਪੈਂਡਿੰਗ ਤੇ ਇਹਦੇ ਖਿਲਾਫ ਐਲਓਸੀ ਕਈ ਵਾਰੀ ਜਾਰੀ ਹੋਈ ਆ ਕੁਝ ਸਟੇਟਾਂ ਦੀ ਦਰਖਾਸਤ ਤੇ ਵਾਰ-ਵਾਰ ਐਲਓਸੀਬੀ ਜਾਰੀ ਹੋਈ ਆ ਜੀ ਪੰਜ ਕੇਸ ਤੇ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਨੇ ਅੱਛਾ ਜੀ ਹਾਂ ਜੀ ਜਿੰਨੇ ਕੁ ਮੈਂ ਕ੍ਰਾਈਮ ਹਿਸਟਰੀ ਜਾਣੀ ਆ ਪੰਜ ਕੇਸ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਨੇ ਯਾਨੀ ਦਰਜਨ ਭਰ ਦੇ ਕਰੀਬ ਤੁਸੀਂ ਕੇਸ ਗਿਣ ਸਕਦੇ ਹੋ ਜੀ ਇਹ ਦੁਬਈ ਚ ਸੀਗਾ ਉਥੋਂ ਉਹਨਾਂ ਨੇ ਰਿਪੋਰਟ ਕਰਵਾਇਆ ਦੱਸ ਦਿੱਤਾ ਇਹ ਕਿ ਪਹਿਲਾਂ ਡਿਟੇਨ ਕਰ ਲਿਆ ਸੀਗਾ ਦੁਬਈ ਦੇ ਵਿੱਚ ਇਹਨਾਂ ਤੇ ਤਾਲੁਕਾ ਚੰਗੇ ਤੁਹਾਨੂੰ ਮੈਂ ਪਹਿਲਾਂ ਹੀ ਗੱਲਾਂ ਦੱਸਦਾ ਸੀ ਆ ਕਿ ਹੁਣ ਆ ਅਖੀਰ ਦੇ ਵਿੱਚ ਇਹੀ ਆ ਜਿੱਥੇ ਜਿੱਥੇ ਇਹਨਾਂ ਦਾ ਫੋਪ ਪੈਂਦਾ ਹੋਇਆ ਇਹਨਾਂ ਨੇ ਬੰਦੇ ਇਸੇ ਤਰ੍ਹਾਂ ਹੀ ਡੀਟੇਨ ਕਰ ਲੈਨੇ ਜਾਂ ਹੋ ਸਕਦਾ ਹੈ ਕਿ ਕੱਲ ਨੂੰ ਬਈ ਕਹਾਣੀ ਦੂਜੇ ਪਾਸੇ ਵੀ ਚਲੇ ਜਾਵੇ ਜੇ ਕੋਈ ਜ਼ਿਆਦਾ ਖਤਰਾ ਹੈ ਤਾਂ ਕਿਲਿੰਗਸ ਵਗੈਰਾ ਵੀ ਤੁਸੀਂ ਦੇਖ ਰਹੇ ਹੋ ਨਾ ਕਿਸ ਤਰ੍ਹਾਂ ਹੋ ਜਾਂਦੀਆਂ ਬਾਹਰਲੇ ਪਾਸੇ